ਤਾਜ਼ਾ ਮਾਮਲਾ ਸਾਹਮਣੇ ਆਉਂਦਾ ਹੈ ਅੰਮ੍ਰਿਤਸਰ ਤੋਂ, ਜਿੱਥੇ ਅੰਮ੍ਰਿਤਸਰ ਦੇ ਵਿੱਚ ਈ ਰਿਕਸ਼ਾ ਤੇ ਲੁੱਟ ਖੋਹ ਕਰਨ ਵਾਲੇ 5 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹਨਾਂ ਨੌਜਵਾਨਾਂ ਕੋਲੋਂ ਪੁਲਿਸ ਨੇ ਇੱਕ ਪਿਸਤਲ ਤੇ 4 ਦਾਤਰ ਕਾਬੂ ਕੀਤੀ ਹੈ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲਗਾਤਾਰ ਹੀ ਸੂਬੇ ਭਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹੈ ਅਤੇ ਉੱਥੇ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਗਰੀਬਾਂ ਦੇ ਨਾਲ ਲੁੱਟਖੋ ਕਰਨ ਵਾਲੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਰੋਹ ਜੋ ਹੈ ਗਰੀਬਾਂ ਦੇ ਈ ਰਿਕਸ਼ਾ ਚੋਰੀ ਕਰਦੇ ਸੀ। ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਖੁਲਾਸੇ ਕੀਤੇ ਗਏ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਇੱਕ ਸਾਡੇ ਗੇੜ ਧੀਮਾ ਨੇ ਇੱਕ ਗੈਂਗ ਫੜਿਆ ਆ ਮਾਨਯੋਗ ਸੀ ਪੀ ਸਾਹਿਬ ਦੀਆਂ ਇੰਸਟਰਕਸ਼ਨਾਂ ਮੁਤਾਬਕ ਔਰ ਸਾਡੇ ਏ ਡੀ ਸੀ ਪੀ ਵਨ ਸਾਹਿਬ ਡਾਕਟਰ ਮਹਿਤਾਬ ਸਿੰਘ ਹੋਰਾਂ ਦੀਆਂ ਇੰਸਟਰਕਸ਼ਨਾਂ ਮੁਤਾਬਕ ਇੱਕ ਸਬ ਇੰਸਪੈਕਟਰ ਸਾਡੇ ਭੁਪਿੰਦਰ ਸਿੰਘ ਨੇ ਆਈ ਸੀ ਪੀ ਪੀ ਅਨਗੜ੍ਹ ਕੱਲ੍ਹ ਰਾਤ ਇਹਨਾਂ ਨੂੰ 9 ਵਜੇ ਖਜ਼ਾਨਾ ਗੇਟ ਮੁਖਬਰੀ ਹੋਈ ਸੀ ਕਿ 5 ਜਣੇ ਬੀ ਬਲੋਕ ਕੁਆਟਰਾਂ ਦੇ ਵਿੱਚ ਜਿਹੜੇ ਆ ਵੰਡਣ ਪਏ ਕੁਆਟਰਾਂ ਦੇ ਵਿੱਚ ਕੋਈ ਲੁੱਟ ਖੋਹ ਕਰਨ ਦੀ ਡਕੈਤੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ, ਜਿਹਦੇ 'ਤੇ ਭੁਪਿੰਦਰ ਨੇ ਉੱਥੇ ਰੇਡ ਕਰਕੇ ਅਤੇ 5 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਆ, ਜਿਹਦੇ ਵਿੱਚ ਇੱਕ ਸਾਹਿਲ ਹੈ ਰੋਹਿਤ, ਸਮਾਈਲ ਸਾਹਿਲ ਔਰ ਸਾਲੂ ਅਤੇ ਕਮਲ ਔਰ ਕਾਲ, 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਆ ਔਰ ਇਹਨਾਂ ਕੋਲੋਂ ਇੱਕ ਪਿਸਟਲ ਮਿਲਿਆ 32 ਬੋਰ ਦਾ ਜੀ, 2 ਕਿਰਪਾਨਾਂ ਮਿਲੀਆਂ ਨੇ, 2 ਦਾਤਰ ਮਿਲੇ ਨੇ ਜੀ ਔਰ ਇਹ ਜਿਹੜੀ ਵਾਰਦਾਤ ਈ ਰਿਕਸ਼ਾ ਵਗੈਰਾ 'ਤੇ ਕਰਦੇ ਸੀ ਉਹ ਈ ਰਿਕਸ਼ਾ ਵੀ ਇਹਨਾਂ ਕੋਲ ਬਰਾਮਦ ਹੋਇਆ ਅਤੇ ਇਹਨਾਂ ਦੀ ਮੋਡਸ ਬਰੰਡੀ ਇਹ ਸੀ ਵੀ ਇਹ ਪਹਿਲਾਂ ਜਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਵੀ ਰੇਲਵੇ ਸਟੇਸ਼ਨ ਤੋਂ ਈ ਰਿਕਸ਼ਾ ਦੇ ਵਿੱਚ ਸਵਾਰੀ ਨੂੰ ਬਿਠਾ ਕੇ ਅਤੇ ਬੀ ਬਲੋਕ ਵਾਲੇ ਪਾਸੇ ਲਿਆ ਕੇ ਅਤੇ ਉਹਨਾਂ ਤੋਂ ਲੁੱਟ ਖੋਹ ਕਰਦੇ ਸੀ ਅਤੇ ਕੱਲ੍ਹ ਇਹਨਾਂ ਨੇ ਜਿਹੜੀ ਹੈ ਮਠੂਤ ਫਾਈਨੈਂਸ ਹੈਗੀ ਆਪਣੀ ਮਜੀਠ ਮੰਡੀ ਉਹਨੂੰ ਲੁੱਟਣ ਦੀ ਇਹਨਾਂ ਦੀ ਯੋਜਨਾ ਜਿਹੜੀ ਬਣਾ ਰਹੇ ਸੀ ਉਹਦੇ ਵਿੱਚ ਇਹਨਾਂ ਕੋਲ ਉਹ ਉਸ ਏਰੀਏ ਦਾ ਨਕਸ਼ਾ ਵੀ ਮਿਲਿਆ ਆ ਅਤੇ ਬਾਕੀ ਇਹ ਬਰਾਮਦਗੀ ਹੋਈ ਅਤੇ ਇਹ ਜਿਹੜੀ ਪਹਿਲਾਂ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਇੱਕ ਆਰਮੀ ਦੇ ਵਿੱਚ ਫੌਜੀ ਹੈ ਜੀ, ਉਹਨੂੰ ਇਹਨਾਂ ਨੇ ਬਿਠਾਇਆ ਸੀ ਅਤੇ ਉਹਦੇ ਕੋਲ ਲੁੱਟ ਖੋਹ ਕੀਤੀ ਸੀ, 2 ਮੋਬਾਈਲ ਖੋਏ ਸੀ, ਕੁਝ ਪੈਸੇ ਖੋਏ ਸੀ ਉਹਦੇ ਕੋਲ, ਜਿਹਦੇ ਵਿੱਚ 1 ਮੋਬਾਈਲ ਰਿਕਵਰ ਹੋ ਗਿਆ ਆ ਔਰ ਬਾਕੀ ਜਿਹੜੇ ਆ ਉਹ ਰਿਕਵਰ ਕਰਨੇ ਬਾਕੀ ਆ। ਇਹਨਾਂ ਦੇ ਖਿਲਾਫ਼ ਪਹਿਲਾਂ ਜਿਹੜਾ ਮੁਕੱਦਮਾ ਜਿਹੜਾ ਕੱਲ੍ਹ ਦਰਜ ਕੀਤਾ ਹੈ 115 ਨੰਬਰ ਮੁਕੱਦਮਾ ਹੈ ਅੰਡਰ ਸੈਕਸ਼ਨ 399 402 IPC ਔਰ ਉਹਦੇ ਵਿੱਚ ਇਹਨਾਂ ਦੀ ਅਰੈਸਟ ਪਈ ਆ, ਫਰਦਰ ਇਹਨਾਂ ਕੋਲ ਪੁੱਛਗਿੱਛ ਜਾਰੀ ਆ ਔਰ ਜਿਹੜਾ ਪਹਿਲਾਂ ਫੌਜੀ ਤੋਂ ਉਹਨਾਂ ਨੇ ਲੁੱਟ ਖੋਹ ਕੀਤੀ ਸੀ ਉਹਦੇ ਸੰਬੰਧੀ 110 ਨੰਬਰ ਮੁਕੱਦਮਾ 25-5 ਦਾ ਸਾਡੇ ਕੋਲ 389 ਦਾ ਦਰਜ ਹੈ। ਉਹ ਵੀ ਇਸੇ ਥਾਣੇ 'ਚ ਹੀ ਦਰਜ ਹੈ ਜੀ, ਬੀ ਬਲੋਕ ਦੇ ਵਿੱਚ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਇਹਨਾਂ ਦਾ ਜਿਹੜਾ ਗੈਂਗ ਦਾ ਸਰਗਨਾ ਸਾਹਿਲ ਹੈ ਜੀ, ਸਾਹਿਲ ਦੇ ਖਿਲਾਫ਼ ਪਹਿਲਾਂ ਵੀ ਲੁੱਟ ਖੋਹ ਦੇ ਪਰਚੇ ਦਰਜ ਹੈਗੇ। ਇੱਕ ਇਹ ਦੋਸ਼ੀ ਜਿਹੜਾ ਨੀਰਜ ਉਹ ਅਜੇ ਭੱਜਿਆ ਹੋਇਆ, ਉਹ ਅਰੈਸਟ ਕਰਨਾ ਬਾਕੀ ਹੈ। ਇਹ ਲੋਕਲੀ ਰਹਿਣ ਵਾਲੇ ਆ ਜੀ, ਇੱਥੋਂ ਦੇ ਹਰੀਪੁਰਾ ਸਾਈਡ ਦੇ। ਨਸ਼ਾ ਐਜ਼ ਇਟ ਅਜੇ ਤਾਂ ਨਹੀਂ ਕੋਈ ਗੱਲ ਸਾਹਮਣੇ ਆਈ ਜੀ, ਫਿਰ ਵੀ ਉਹ ਵੈਰੀਫਾਈ ਕਰਾਂਗੇ ਜੀ। ਹਾਂਜੀ ਹਾਂਜੀ, ਸਾਰੇ ਸਾਈਡ ਦੇ ਹਰੀਪੁਰਾ ਇੱਧਰ ਭਈ ਸਾਈਡ ਦੇ ਰਹਿਣ ਵਾਲੇ, ਡੈਮਗੜ੍ਹ ਸਾਈਡ ਦੇ ਰਹਿਣ ਵਾਲੇ। ਹਾਂਜੀ, ਇਹਨਾਂ ਦੀ ਪੁੱਛਗਿੱਛ 'ਚ ਤਾਂ ਇਹੀ ਆਇਆ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣਗੀਆਂ, ਕਿਉਂਕਿ ਇਹਨਾਂ ਦਾ ਪਹਿਲੀ ਮੋਟਰ ਵਰੰਟੀ ਤਾਂ ਇਹੀ ਸੀ ਵੀ ਇਹ ਰੇਲਵੇ ਸਟੇਸ਼ਨ 'ਤੇ ਇਕੱਠੇ ਜਿੱਦਾਂ ਇੱਕ ਜਣਾ ਈ ਰਿਕਸ਼ਾ ਚਲਾਉਂਦਾ ਸੀ, ਈ ਰਿਕਸ਼ੇ ਦੇ ਵਿੱਚ ਸਵਾਰੀ ਨੂੰ ਬਿਠਾ ਲੈਣਾ, ਉਹਨੂੰ ਆਪਣਾ ਜਿੱਧਰ ਨੂੰ ਉਹਨੇ ਜਾਣਾ ਉੱਧਰ ਨਹੀਂ ਲੈ ਕੇ ਜਾਣਾ, ਬੀ ਬਲੋਕ ਵਾਲੇ ਪਾਸੇ ਲੈ ਆਉਂਦੇ ਸੀ, ਰਸਤੇ ਦੇ ਵਿੱਚ 2-4 ਬੰਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀ ਉਹ ਬਹਿ ਜਾਂਦੇ ਸੀ, ਅੱਗੇ ਆ ਕੇ ਉਹਨੂੰ ਉਹਦੇ ਨਾਲ ਲੁੱਟ ਖੋਹ ਕਰ ਲਈ। ਇਹ ਇਹਨਾਂ ਕੋਲ ਇੱਕ ਤਾਂ ਇਹੀ ਮੁਕੱਦਮਾ ਜਿਹੜਾ ਆਪਾਂ ਦਰਜ ਕੀਤਾ ਹੈ, ਉਸ ਤੋਂ ਪਹਿਲਾਂ ਸਾਡਾ ਜਿਹੜਾ ਇੱਕ ਇਹਨਾਂ ਨੇ ਆਰਮੀ ਪਰਸਨ ਨੂੰ ਇਹਨਾਂ ਨੇ ਲੁੱਟਿਆ ਸੀ ਉਹ ਪਰਚਾ ਦਰਜ ਆ, ਔਰ ਸਾਹਿਲ ਦੇ ਖਿਲਾਫ਼ ਇੱਕ ਥਾਣਾ 8 ਡਿਵੀਜ਼ਨ ਦੇ ਵਿੱਚ ਪਰਚਾ ਦਰਜ ਹੈਗਾ ਹੈ, ਬਾਕੀ ਇਹਨਾਂ ਦੀ ਫਰਦਰ ਆਪਾਂ ਆਪਣਾ ਰਿਕਾਰਡ ਚੈੱਕ ਕਰ ਰਹੇ ਹਾਂ ਜੀ, ਜੇ ਕੋਈ ਹੋਏਗਾ ਪਰਚਾ ਤਾਂ ਫਿਰ। ਇਹ ਸਾਰੇ ਛੋਟੀ ਉਮਰ ਦੇ ਆ ਜੀ, 20-22 ਸਾਲ ਦੇ ਆ। ਬਰਾਮਦ ਇਹਨਾਂ ਕੋਲ ਇੱਕ 32 ਬੋਰ ਦਾ ਪਿਸਟਲ ਬਰਾਮਦ ਹੋਇਆ ਜੀ, 2 ਕਿਰਪਾਨਾਂ ਬਰਾਮਦ ਹੋਈਆਂ ਨੇ, 2 ਦਾਤਰ ਬਰਾਮਦ ਹੋਏ ਆ ਔਰ ਇੱਕ ਨਕਸ਼ਾ ਬਰਾਮਦ ਹੋਇਆ ਮਠੂਤ ਫਾਈਨੈਂਸ ਹੈਗੀ ਆ ਜਿਹੜੀ ਮਜੀਠ ਮੰਡੀ ਉਹਦੀ, ਅਤੇ 1 ਮੋਬਾਈਲ ਜਿਹੜਾ ਇਹਨਾਂ ਨੇ ਫੌਜੀ ਤੋਂ ਹੋਇਆ ਸੀ ਉਹ ਬਰਾਮਦ ਹੋ ਗਿਆ, 2 ਮੋਬਾਈਲ ਜਿਹੜਾ ਆ ਉਹ ਨੀਰਜ ਕੋਲ ਆ ਜਿਹੜਾ ਭਗੌੜਾ ਆ। ਲਗਾਤਾਰ ਹੀ ਪੁਲਿਸ ਦੇ ਵੱਲੋਂ ਇਹਨਾਂ ਲੁੱਟ ਖੋਹ ਕਰਨ ਵਾਲਿਆਂ ਉੱਤੇ ਸਿਕੰਜਾ ਜੋ ਹੈ ਕੱਸਿਆ ਜਾ ਰਿਹਾ ਹੈ। ਲੋੜ ਹੈ ਕਿ ਲੋਕ ਵੀ ਪੁਲਿਸ ਦਾ ਸਾਥ ਦੇਣ ਤਾਂ ਜੋ ਪੁਲਿਸ ਸੂਬੇ ਦੇ ਵਿੱਚ ਅਮਨ ਸ਼ਾਂਤੀ ਕਾਇਮ ਕਰ ਸਕੇ। ਅੰਮ੍ਰਿਤਸਰ ਤੋਂ ਸਨੀ ਇਕਬਾਲ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।
100% पक्का समाधान करवाओ घर बैठे फोन ते। बाबा खान जी हर इलम दे माहिर, समस्या चाहे कोई भी होवे, जिवें ग्रह क्लेश, नौकरी कारोबार, लव मैरिज प्रॉब्लम, सौंकण दुश्मन तो छुटकारा, विदेश यात्रा, कोर्ट केस, पति पत्नी च क्लेश, जादू टोना, कीता किराया, गुस्से नूं मनाउणा, प्रेमी प्रेमिका पति पत्नी नूं वश करवाओ, तुहाडी हर समस्या दा पक्का हल घर बैठे। वशीकरण ते मुटकरण दे सुपर स्पैशलिस्ट, हर जगह तो निराश मेरे भैण भरा बाबा खान जी नूं हुणे फोन करो। मोबाइल नंबर 9815156151।